ਇਸ ਦੇ ਨਾਲ ਹੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬ੍ਰੇਕਿੰਗ ਨਿਊਜ਼। ਬ੍ਰੇਕਿੰਗ ਨਿਊਜ਼ ਹੈ ਤੂਰੀ ਤੋਂ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਬੇਨੜਾ ਤੋਂ ਖਬਰ ਹੈ ਜਿੱਥੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਵਾਰਾ ਕੁੱਤਿਆਂ ਦੇ ਵੱਲੋਂ ਨੋਚ ਨੋਚ ਕੇ ਖਾ ਲਿਆ ਗਿਆ। ਦਰਅਸਲ ਬੱਚੇ ਦੀ ਮਾਂ ਕਿਸੇ ਦੇ ਘਰ ਕੰਮ ਕਰਨ ਦੇ ਲਈ ਗਈ ਸੀ ਔਰ ਬੱਚਾ ਘਰੋਂ ਬਾਹਰ ਨਿਕਲਿਆ ਜਿਸ ਤੋਂ ਬਾਅਦ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। तूरी तो खबर है अवारा कुत्ते का कहर देखने को मिला। अवारा कुत्ते ने 5 साल के बच्चे पर हमला किया है। मां का रो रो के बुरा हाल है। मां सदमे के विच टीवी स्क्रीन पर असीं देख सकते हैं 5 साल का बच्चा जिसनू अवारा कुत्तियां ने अपना शिकार बनाया। रोजी रोटी दे लई किसी के घर काम करने के लिए गई सी बच्चे की मां। बच्चा घरों बाहर निकलिया 5 साल का बच्चा घरों बाहर इकला निकलिया तो कुत्तियां ने वड़ वड़ उसनू नोचिया। फिर तो दस दिए कि तूरी तो खबर है जिथे अवारा कुत्ते का कहर देखने को मिले। अवारा कुत्ते ने 5 साल के बच्चे से हमला किया है। यह हमला उस वे हुआ जब इस बच्चे की माँ उसके को नहीं सी वो काम करने के लिए किसी के घर गई सी लेकिन पिछयों बच्चा जिवें ही घरों बाहर निकलिया तो बच्चे से हमला कर दिता गया अवारा कुत्ते के वालों। कीर्तिपाल साढ़े नाल साढ़े सहयोगी जुड़ चुके हैं। कीर्ति की जानकारी है कदों किवें होया सब कुछ ਦੱਸਣਾ ਚਾਹਾਂਗੇ। ਇੱਕ ਬਹੁਤ ਹੀ ਮੰਦਭਾਗਾ ਹਾਸ ਹੈਗਾ ਜਿਸ ਤਰ੍ਹਾਂ ਕਿ ਬਸੰਤ ਪੰਚਮੀ ਹੈ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਤੰਗਬਾਜ਼ੀ ਹੋ ਰਹੀ ਹੈ। ਇਹ ਵੀ ਬੱਚਾ ਜਿਹੜਾ ਪਤੰਗ ਉਡਾਉਂਦਾ ਉਡਾਉਂਦਾ ਜਿਹੜਾ ਹੈ ਕਿ ਪਿੰਡ ਦੀ ਸਭ ਤੋਂ ਵੱਡੀ ਗੱਲ ਹੈ ਪਿੰਡ ਦੇ ਵਿੱਚ ਹੱਡਾ ਰੋੜੀ ਦਾ ਮੌਜੂਦ ਹੋਣਾ ਤੇ ਪਿੰਡ ਦੇ ਲੋਕਾਂ ਨਾਲ ਵੀ ਅਸੀਂ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਲੋਕ ਗੁਜ਼ਰ ਦੇ ਨੇ ਜਿਨ੍ਹਾਂ ਦੇ ਕੁੱਤਿਆਂ ਦੇ ਮੂੰਹ ਖੂਨ ਲੱਗ ਚੁੱਕਿਆ ਹੋਵੇ ਤਾਂ ਉਹ ਕਿਸੇ ਨੂੰ ਵੀ ਨਹੀਂ ਦੇਖਦੇ ਚਾਹੇ ਜਾਨਵਰ ਹੋਣ ਚਾਹੇ ਇਨਸਾਨ ਹੋਣ ਸਭ ਦੇ ਉੱਤੇ ਉਹ ਯਾਨੀ ਕਿ ਉਹਨੂੰ ਵੱਢਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇੱਕ ਬੱਚਾ ਜਿਹੜਾ 5 ਸਾਲ ਦਾ ਸੀਗਾ ਪ੍ਰਵਾਸੀ ਮਜ਼ਦੂਰ ਪਰਿਵਾਰ ਹੈ ਉਸਦੀ ਮਾਤਾ ਨੇ ਕਿਹਾ ਮੈਂ ਕਿਸ ਦੇ ਘਰੇ ਵਿਆਹ ਦੇ ਵਿੱਚ ਕੰਮ ਕਰਨ ਗਈ ਸੀ ਤੇ ਉਸ ਤੋਂ ਬਾਅਦ ਮੇਰਾ ਬੱਚਾ ਪਤੰਗ ਉਡਾਉਂਦਾ ਹੋਇਆ ਇਕੱਲਾ ਚਲਾ ਗਿਆ ਤੇ ਉਸ ਨੂੰ ਨੋਚ ਨੋਚ ਕੇ ਆਵਾਰਾ ਕੁੱਤਿਆਂ ਨੇ ਖਾ ਲਿਆ ਤੇ ਬੱਚੇ ਦੀ ਡੈਥ ਹੋ ਗਈ। ਵੀ ਹੁਣ ਮੇਰਾ ਦੋ ਬੇਟੀਆਂ ਸੀ ਉਹਦੇ ਤੇ ਇੱਕ ਇਹ ਬੱਚਾ ਲੜਕਾ ਜਿਹੜਾ ਬਾਅਦ ਦੇ ਵਿੱਚ ਹੋਇਆ ਸੀ। ਪਿਤਾ ਵੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਗਰੀਬ ਪਰਿਵਾਰ ਹੈ ਤੇ ਪਿਤਾ ਵੀ 1 ਸਾਲ ਹੋ ਗਿਆ ਉਹ ਵੀ ਕਿਤੇ ਗੁੰਮ ਕਿਤੇ ਲੱਭੇ ਨਹੀਂ ਹੈਗੇ ਗਿਆ ਉਹਨਾਂ ਦੇ ਹੈ ਨਹੀਂ ਵਿਚਾਰੀ ਮਾਂ ਜਿਹੜੀ ਇਕੱਲੀ ਕਮਾ ਕੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਸੀ ਤੇ ਬੱਚੇ ਦੀ ਇੱਕ 5 ਸਾਲ ਦੇ ਬੱਚੇ ਦੀ ਮੌਤ ਹੋ ਜਾਣਾ। ਪਹਿਲਾਂ ਵੀ 1 ਸਾਲ 1.5 ਸਾਲ ਪਹਿਲਾਂ ਵੀ ਇਸੇ ਹੀ ਹੱਡਾ ਰੋੜੀ ਦੇ ਇੱਕ ਕੇਸ ਆਏ ਸੀ ਉੱਥੇ ਵੀ ਬੱਚੇ ਨੂੰ ਘਸੀਟ ਕੇ ਲੈ ਗਏ ਸੀ ਤੇ ਬੱਚੇ ਦੀ ਮੌਤ ਹੋ ਗਈ ਸੀ। ਕਮਲਾ ਕੀ ਕਹਿੰਦਾ ਹੈ ਕਿਉਂਕਿ ਅਵਾਰਾ ਕੁੱਤੇ ਤਾਂ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਨਾ ਅਗਰ ਕੀਮਤੀ ਜਾਨਾਂ ਦੇ ਭਾਰੀ ਨੇ ਤਾਂ। ਜੀ ਖਬਰਾਂ ਜਦੋਂ ਤੱਕ ਲੱਗਦੀਆਂ ਨੇ ਉਦੋਂ ਤੱਕ ਸੁਚੇਤ ਰਹਿੰਦਾ ਪ੍ਰਸ਼ਾਸਨ ਪਰ ਰਹਿੰਦਾ ਅਵਾਰਾ ਕੁੱਤਿਆਂ ਦਾ ਚਾਹੇ ਪਿੰਡ ਦੇ ਸਰਪੰਚ ਹੋਣ ਚਾਹੇ ਐਮਐਲਏ ਹੋਣ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਕਿ ਤੇ ਹੱਡਾ ਰੋੜੀ ਜਿਹੜੀ ਵੱਡੀ ਗੱਲ ਹੈ ਕਿ ਪਿੰਡ ਦੇ ਵਿੱਚ ਸਥਿਤ ਹੋਣਾ ਕਿਉਂਕਿ ਜੇ ਉੱਥੇ ਹੱਡਾ ਰੋੜੀ ਜਾਨਵਰਾਂ ਦੀ ਹੁੰਦੀ ਹੈ ਤਾਂ ਕੁੱਤੇ ਵੀ ਜਾਣਗੇ ਤੇ ਕੁੱਤਿਆਂ ਦੇ ਮੂੰਹ ਜਦੋਂ ਖੂਨ ਲੱਗ ਜਾਂਦਾ ਹੈ ਤਾਂ ਫਿਰ ਉਹ ਇਨਸਾਨ ਜਾਂ ਜਾਨਵਰ ਜਾਂ ਕਿਸੇ ਚੀਜ਼ ਦੇ ਵਿੱਚ ਫਰਕ ਮਹਿਸੂਸ ਨਹੀਂ ਕਰਦੇ। ਘਰ ਦੇ ਪਾਲਤੂ ਕੁੱਤਿਆਂ ਦੀ ਗੱਲ ਅਲੱਗ ਹੁੰਦੀ ਹੈ ਪਰ ਆਵਾਰਾ ਤੇ ਜਿਹੜੇ ਹੱਡਾ ਰੋੜੀ ਦੇ ਕੁੱਤੇ ਰਹਿੰਦੇ ਨੇ ਉਹ ਤਾਂ ਇੱਕ ਜਾਨਵਰ ਦਹਿਸ਼ਤ ਵਾਲੇ ਜਾਨਵਰ ਬਣ ਜਾਂਦੇ ਨੇ ਤੇ ਉਸੇ ਦਾ ਨਤੀਜਾ ਇਹ ਹੋਇਆ ਕਿ ਇੱਕ ਬੱਚੇ ਦੀ ਜਿਹੜੀ ਜਾਨ ਚਲੀ ਗਈ। ਸ਼ਾਇਦ ਹੁਣ ਪ੍ਰਸ਼ਾਸਨ ਜਿਹੜਾ ਜਾਗ ਜਾਵੇ ਇਸ ਬੱਚੇ ਦੀ ਮੌਤ ਤੋਂ ਬਾਅਦ। ਫਿਲਹਾਲ ਜਿਹੜੀ ਗੱਲ ਹੈ ਪਿੰਡ ਦੇ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਵੀ ਆਪਸੀ ਰੰਜਿਸ਼ਬਾਜ਼ੀ ਕਰਕੇ ਜਿਹੜਾ ਹੈ ਵੀ ਪਹਿਲਾਂ ਕੋਈ ਇਹ ਹੱਡਾ ਰੋੜੀ ਚਕਵਾ ਦਿੱਤੀ ਗਈ ਸੀ ਬਾਅਦ ਦੇ ਵਿੱਚ ਇਹ ਪੈਸਿਆਂ ਦੇ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜਾ ਕੀਰਤੀਪਾਲ 5 ਸਾਲ ਦਾ ਬੱਚਾ ਤਾਂ ਹਮੇਸ਼ਾ ਦੇ ਲਈ ਸੋ ਗਿਆ ਲੇਕਿਨ ਪ੍ਰਸ਼ਾਸਨ ਨੂੰ ਹੁਣ ਜਾਗਣਾ ਪਏਗਾ ਆਪਣੀ ਨੀਂਦ ਤਿਆਗਣੀ ਪਏਗੀ। ਬਹੁਤ